Hello, guys, how are you? I hope you are fine. God gives you lot of happiness. Today, my vlog is about broom plucking. Let's start our vlog. <laughs> broom, what is hai. ਦੇਸੀ ਹੁੰ ਤੁਹਾਨੂੰ ਹਾਨੇ ਆ ਬਰੂਮ ਕਿਵੇਂ ਲੱਗੇ ਹੁੰਦੇ ਨੇ ਜਿਹਨਾਂ ਨਾਲ ਕਿ ਦਜਾੜੂ ਤੇ ਫਿਰ ਉਹਨਾਂ ਕਿਵੇਂ ਤਰੋੜੀਦਾ ਕਿਵੇਂ ਦੇ ਪੌਦਿਆਂ ਤੇ ਲੱਗੇ ਹੁੰਦੇ ਨੇ ਐਂਜ ਖੇਤਾਂ ਦੀ ਬੰਨੀਆਂ ਤੇ ਲੱਗੇ ਹੁੰਦੇ ਨੇ ਯਾ ਕੋਈ ਖੇਤ ਖਾਲੀ ਪਿਆ ਹੋਣਾ ਤੇ ਉੱਤੇ ਲੱਗੇ ਹੁੰਦੇ ਨੇ ਇਹ ਬਹੁਤ ਜ਼ਿਆਦਾ ਲੱਗਦੇ ਨੇ ਅੱਗੇ ਤੇ ਪਿੰਡ ਦੇ ਜਿਹੜੇ ਪਿੰਡ ਦੀਆਂ ਔਰਤਾਂ ਬਹੁਤ ਜ਼ਿਆਦਾ ਤੋੜਦੀਆਂ ਆਂ ਹੌਣੇ ਤੇ ਵੀ ਨਰਵਾਜ ਨਹੀਂ ਰਿਹਾ ਇੱਕ ਇੱਕ ਕਰਕੇ ਨੰਤ ਤਰੋੜੀਦਾ ਹੁਣ ਅਸੀਂ ਤੁਹਾਡੇ ਸਾਹਮਣੇ ਤਰੋੜਨੇ ਆ ਤਰੋਣੇ ਤੋਂ ਬਾਅਦ ਅਸੀਂ ਇਹਨਾਂ ਨੂੰ ਡਰਾਈ ਕਰਨੇ ਆ ਟੋਪ ਚਪਾ ਕੇ ਫਿਰ ਜੇ ਰਬ ਤੇ ਬੁਰਾ ਜਾਂਦਾ ਨਾਲ ਲੈ ਜਾਂਦਾ ਤੇ ਵਿੱਚੋਂ ਸਹੀ ਬੋਕਰ ਜਿਹੜੀ ਉਹ ਨਿਕਲ ਆਉਂਦੀ ਹੈ ਇਸ ਬਰੂਮ ਨਾਲ ਸਫਾਈ ਬਹੁਤ ਹੀ ਸਾਫ਼ ਹੁੰਦੀ ਹੈ ਜਿੱਦ ਨਾਲ ਝਾੜੂ ਲਾ ਲਿੱਤਾ ਜਾਏ ਤੇ ਫਿਰ ਪਰੋਲੀ ਮਾਰਨ ਦੀ ਲੋੜ ਨਹੀਂ ਰਹਿੰਦੀ ਬੇਕੋਸੀ ਹੁਣ ਕੁਝ ਖੋਲੀਆਂ ਨੇ 얘ਦੇ ਵਾਸਤੇ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਟਾਈਮ ਵੀ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਕਿਉਂਕਿ ਇੱਕ ਇੱਕ ਕਰਕੇ ਖੋਣੀ ਪੈਂਦੀ ਏ ਇਹ ਬਹੁਤ ਜ਼ਿਆਦਾ ਤਰੋੜੀਆਂ ਆਉਣ ਤੇ ਫਿਰ ਇੱਕ ਝਾੜੂ ਬਣਦਾ ਹੈ ਸਾਈਜ਼ ਵੀ ਮਾਸ਼ਾਅੱਲਾਹ ਤਾਂ ਬਹੁਤ ਵੱਡਾ ਹੈ ਉਹਨਾਂ ਤੇ ਮਾਰਕੀਟ ਚ ਇੰਨੀਆਂ ਝਾੜੂ ਇੰਨੇ ਝਾੜੂ ਆ ਗਏ ਨੇ ਕਿ ਅਸੀਂ ਆਪਣੀ ਮਰਜ਼ੀ ਦਾ ਖਰੀਦ ਸਕਨੇ ਆ ਅਗੇ ਵੀ ਇਹ ਜਦੀਆਂ ਔਰਤਾਂ ਇਹ ਖੋਕ ਸਫਾਈ ਕਰਦੀਆਂ ਤੇ ਇਹ ਹੀ ਵੇਚਦੀਆਂ ਮਾਰਕੀਟ ਚ ਹੁਣ ਤੇ ਜਾਰੂਦੀਆਂ ਬਹੁਤ ਜ਼ਿਆਦਾ ਕਿਸਮ ਆ ਗਈਆਂ ਨੇ ਇਹ ਵੀ ਕੋ ਵਿਲੇਜ ਵਿੱਚ ਮੱਝਾਂ ਚਗਾੰਦਾ ਪਿਆ ਪਾਈ ਆ ਇਹ ਹੁੰ ਲਗਦੀਆਂ ਨੇ ਪਈਆਂ If you like my video, please subscribe my channel. Allah Hafiz.